ਕਿ ਹਰਾ ਪੈਨ ਜਦੋਂ ਸਾਨੂੰ ਤੁਸੀਂ ਦਿਓਗੇ ਤਾਂ ਪੰਜਾਬ ਦੇ ਬੇਰੁਜ਼ਗਾਰਾਂ ਦੇ ਹੱਕ ਵਿੱਚ ਚੱਲੂਗਾ ਤਾਂ ਮੇਰੇ ਯਾਦ ਆ ਜਦੋਂ ਪਹਿਲੀ ਕੈਬਨਟ ਹੋਈ ਸੀ ਤਾਂ ਉਸ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦੂਰਅੰਦੇਸ਼ੀ ਸੋਚ ਦੇ ਪਹਿਲੀ ਵਾਰ ਅਸੀਂ ਲਗਭਗ 30 ਹਜ਼ਾਰ ਨਵੀਆਂ ਪੋਸਟਾਂ ਨੂੰ ਮਾਨਤਾ ਦਿੱਤੀ ਸੀ ਕਿ 30 ਹਜ਼ਾਰ ਨਵੀਆਂ ਪੋਸਟਾਂ ਜਿਹੜੀਆਂ ਨੇ ਪੰਜਾਬ 'ਤ ਕੱਢੀਆਂ ਸੀ ਸੋ ਇਹ ਬੈਸਪਕ ਦਾ ਇੱਕ ਵੱਖਰੀ ਜਿਹੜੀ ਨਵੇਕਲੀ ਸੋਚ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਨੂੰ ਕਿਸ ਤਰ੍ਹਾਂ ਦੀ ਹੱਥ ਲੈ ਕੇ ਜਾਣਾ ਹੈ ਪੁਰਾਣੇ ਸਮੇਂ ਚ ਕੀ ਹੁੰਦਾ ਸੀਗਾ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਆਪੋਜੀਸ਼ਨ 5 ਸਾਲ ਅਸੀਂ ਲਾਏ ਰਹੇ ਉਹ ਦੇਖਦੇ ਹੁੰਦੇ ਸੀਗੇ ਕਿ ਉਸ ਤੋਂ ਪਹਿਲਾਂ ਵੀ ਅਸੀਂ ਦੇਖਦੇ ਤੁਸੀਂ ਵੀ ਦੇਖਦੇ ਸਾਰੇ ਜਣੇ ਕਿ ਸਰਕਾਰਾਂ ਜਦੋਂ 4 ਸਾਲ ਪੂਰੇ ਹੋ ਜਾਂਦੇ ਸੀਗੇ 4 ਸਾਲਾਂ ਬਾਅਦ ਐਡਵਰਟਾਈਜ਼ਮੈਂਟ ਜਾਰੀ ਹੁੰਦੀ ਸੀ ਇਸ਼ਤਿਹਾਰ ਜਾਰੀ ਹੁੰਦਾ ਸੀਗਾ ਔਰ ਲਗਭਗ ਜੋਂ ਤੱਕ ਕੋਡ ਲੱਗਦਾ ਸੀਗਾ ਬਹੁਤ ਸਾਰੀਆਂ ਅਸਾਮੀਆਂ ਜਿਹੜੀਆਂ ਕੁਝ ਕੁ ਭਰੀਆਂ ਜਾਂਦੀਆਂ ਸੀ ਕੁਝ ਅਸਾਮੀਆਂ ਜਿਹੜੀਆਂ ਅਧੂਰੀਆਂ ਰਹਿ ਜਾਂਦੀ ਸੀਗੇ ਇਹ ਬਰਤਾਰਾ ਲਗਭਗ ਪੰਜਾਬ ਚ 20-25 ਸਾਲ ਇਸ ਤਰ੍ਹਾਂ ਹੀ ਹੁੰਦਾ ਰਿਹਾ ਇਸੇ ਤਰ੍ਹਾਂ ਇਹ ਸਿਸਟਮ ਚੱਲਦਾ ਰਿਹਾ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕਿ ਜਿਹੜੀਆਂ ਪੋਸਟਾਂ ਜਿਸ ਸਾਲ ਖਾਲੀ ਹੋਇਆ ਕਰਨਗੀਆਂ ਉਹ ਸਾਰੀਆਂ ਪੋਸਟਾਂ ਉਸੇ ਸਾਲ ਭਰਿਆ ਜਾਇਆ ਕਰਨਗੀਆਂ